ਇਸ ਵੀਡੀਓ ਨੂੰ ਦੇਖਣ ਵਾਲੇ ਦੋ ਤਰੀਕੇ ਦੇ ਲੋਕ ਹੋਣਗੇ। ਪਹਿਲੇ ਤਾਂ ਉਹ ਜਿਹੜੇ ਰੀਲਸ ਜਾਂ ਸਿਰਫ ਸ਼ਾਰਟਸ ਦੇਖਦੇ ਆ, ਉਹਨਾਂ ਨੇ ਬਸ ਬੈਸਟ ਟ੍ਰੈਵਲ ਕ੍ਰੈਡਿਟ ਕਾਰਡ ਦੇ ਨਾਮ ਜਾਣਨੇ ਆ। ਉਹਨਾਂ ਨੂੰ ਫਰਕ ਨਹੀਂ ਪੈਂਦਾ ਵੀ ਇਹ ਨਾਮ ਅਸੀਂ ਕਿਉਂ ਰਿਕਮੈਂਡ ਕੀਤੇ ਆ। ਤਾਂ ਉਹਨਾਂ ਲਈ ਇੱਕ ਸਿੱਧੀ ਜਿਹੀ ਸਲਾਹ ਹੈ ਵੀ ਭਾਈ ਵੀਡੀਓ ਦੇ ਐਂਡ ਦੇ 30-40 ਸਕਿੰਟ ਦੇਖ ਲਿਓ, ਤੁਹਾਨੂੰ ਤੁਹਾਡਾ ਜਵਾਬ ਮਿਲ ਜਾਏਗਾ। ਦੂਜੇ ਲੋਕ ਉਹ ਨੇ ਜਿਹੜੇ ਇਹ ਵੀ ਜਾਣਨਾ ਚਾਹੁੰਦੇ ਆ ਵੀ ਇਹ ਵਾਲਾ ਕ੍ਰੈਡਿਟ ਕਾਰਡ ਰਿਕਮੈਂਡ ਕਿਉਂ ਕੀਤਾ। ਤੁਹਾਡੇ ਲਈ ਇਹ ਵੀਡੀਓ ਇੱਕ ਵਧੀਆ ਗੁੱਡ ਫਿੱਟ ਹੋ ਸਕਦੀ ਹੈ। ਤੁਸੀਂ ਵੀਡੀਓ ਨੂੰ ਧਿਆਨ ਨਾਲ ਵੀ ਦੇਖਣਾ ਤੇ ਪੂਰਾ ਦੇਖਣਾ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਟੌਪ ਦੇ 5 ਤੋਂ 6 ਟਰੈਵਲ ਕ੍ਰੈਡਿਟ ਕਾਰਡ ਰਿਕਮੈਂਡ ਕਰਾਂਗੇ ਤੁਹਾਡੀ ਨੀਡਸ ਦੇ ਅਕੋਰਡਿੰਗ। ਤੇ ਇਹਦੇ ਵਿੱਚ ਸਾਡੀ ਪਹਿਲੀ ਰਿਕਮੈਂਡੇਸ਼ਨ ਹੈ ਐਕਸਿਸ ਐਟਲਸ ਕ੍ਰੈਡਿਟ ਕਾਰਡ। ਐਕਸਿਸ ਐਟਲਸ ਕ੍ਰੈਡਿਟ ਕਾਰਡ ਵਨ ਆਫ ਦਾ ਬੈਸਟ ਕ੍ਰੈਡਿਟ ਕਾਰਡ ਹੈ ਟਰੈਵਲ ਦੇ ਲਈ, ਤੇ ਇਹ 2024 ਦੇ ਵਿੱਚ ਐਕਸਿਸ ਮੈਗਨਸ ਦੀ ਇੱਕ ਵਧੀਆ ਰਿਪਲੇਸਮੈਂਟ ਵੀ ਹੈ। ਤੁਹਾਨੂੰ ਉਹਦੀ ਡਿਵੈਲਿਊਏਸ਼ਨ ਬਾਰੇ ਤਾਂ ਪਤਾ ਹੀ ਹੋਵੇਗਾ। ਇਹ ਐਕਸਿਸ ਐਟਲਸ ਕ੍ਰੈਡਿਟ ਕਾਰਡ ਦੀ 5,000 ਰੁਪਏ ਪਲੱਸ GST ਜੁਆਇਨਿੰਗ ਫੀਸ ਹੈ, ਤੇ ਇਹ ਜੁਆਇਨਿੰਗ ਫੀਸ ਦਿੰਦੇ ਹੀ ਤੁਹਾਨੂੰ 2,500 ਦੇ ਐਜ ਮਾਈਲਸ ਮਿਲ ਜਾਂਦੇ ਆ, ਤੇ ਇਹਨਾਂ 2,500 ਐਜ ਮਾਈਲਸ ਨੂੰ ਤੁਸੀਂ 5,000 ਐਕੋਰ ਮਾਈਲਸ ਦੇ ਵਿੱਚ ਕਨਵਰਟ ਕਰ ਸਕਦੇ ਹੋ। ਇਸ ਇੱਕ ਐਕੋਰ ਮਾਈਲ ਦੀ ਤੁਹਾਨੂੰ 1.80 ਰੁਪਏ ਦੇ ਕਰੀਬ ਵੈਲਿਊ ਮਿਲ ਜਾਂਦੀ ਹੈ। ਸੋ ਇਫੈਕਟਿਵਲੀ ਜਿਹੜੇ 2,500 ਐਜ ਮਾਈਲਸ ਹੈ ਇਹਨਾਂ ਤੋਂ ਤੁਹਾਨੂੰ 9,000 ਦੇ ਕਰੀਬ ਐਕੋਰ ਪੁਆਇੰਟਸ ਮਿਲ ਜਾਂਦੇ ਆ, ਜਿਨ੍ਹਾਂ ਨੂੰ ਕਿ ਤੁਸੀਂ ਰਿਡੀਮ ਕਰ ਸਕਦੇ ਹੋ ਐਕੋਰ ਹੋਟਲਸ ਦੇ ਵਿੱਚ, ਜਿਵੇਂ ਕਿ ਆਈਬਿਸ, ਨੋਵੋਟਲ, ਸੋਫੀਟਲ, ਫੇਅਰ ਮਾਊਂਟ, ਰਾਫਿਲਸ ਵਗੈਰਾ ਤੇ। ਇਹਦਾ ਸਿੰਪਲ ਜਿਹਾ ਮਤਲਬ ਹੈ ਵੀ 5,000 ਦੀ ਜੁਆਇਨਿੰਗ ਫੀਸ ਦੇ ਕੇ ਤੁਸੀਂ 9,000 ਰੁਪਏ ਤੱਕ ਦੀ ਵੈਲਿਊ ਕਮਾ ਸਕਦੇ ਹੋ, ਮਤਲਬ ਕਿ ਰਾਤੋਂ ਰਾਤ 50% ਦਾ ਗੇਨ। ਹਾਲਾਂਕਿ ਮਾਰਚ 2024 ਤੋਂ ਪਹਿਲਾਂ ਇਹ 5,000 ਦੀ ਜੁਆਇਨਿੰਗ ਫੀਸ ਦੇਣ ਤੇ ਤੁਹਾਨੂੰ 5,000 ਦੇ ਅਜਮਾਇਲਸ ਮਿਲਦੇ ਆ, ਜਿਨ੍ਹਾਂ ਦੀ ਕਿ ਵੈਲਿਊ 18,000 ਦੇ ਕਰੀਬ ਬਣਦੀ ਸੀ। ਪਰ ਤੁਹਾਨੂੰ ਪਤਾ ਹੀ ਹੋਗਿਆ ਵੀ ਮਾਰਚ ਦੇ ਵਿੱਚ ਐਕਸਿਸ ਦੇ ਕਾਫੀ ਸਾਰੇ ਕਾਰਡਸ ਦਾ ਡਿਵੈਲਿਊਏਸ਼ਨ ਹੋਇਆ ਸੀ, ਤੇ ਉਸ ਤੋਂ ਬਾਅਦ ਇਹ 5,000 ਦੇ ਅਜਮਾਇਲਸ ਘਟਾ ਕੇ 2,500 ਅਜਮਾਇਲਸ ਕਰ ਦਿੱਤੇ ਗਏ। ਰਿਵਾਰਡ ਰੇਟ ਦੀ ਗੱਲ ਕਰੀਏ ਤਾਂ ਤੁਹਾਨੂੰ 5 ਅਜਮਾਇਲਸ ਮਿਲਦੇ ਹਰ 100 ਰੁਪਏ ਸਪੈਂਡ ਕਰਨ ਤੇ ਹੋਟਲ ਜਾਂ ਫਿਰ ਫਲਾਈਟ ਬੁਕਿੰਗ ਦੇ ਰਿਗਾਰਡਿੰਗ ਟ੍ਰਾਂਜੈਕਸ਼ਨ ਕਰਨ ਤੇ, ਬਟ ਇਹ ਤਾਂ ਮਿਲਣਗੇ ਜੇਕਰ ਟ੍ਰਾਂਜੈਕਸ਼ਨ ਤੁਸੀਂ ਐਕਸਿਸ ਟ੍ਰੈਵਲ ਐਜ ਪੋਰਟਲ ਤੋਂ ਕਰੋਗੇ। ਇਸ ਤੋਂ ਇਲਾਵਾ ਜਿਹੜੀਆਂ ਬਾਕੀ ਟ੍ਰਾਂਜੈਕਸ਼ਨ ਹੋਣਗੀਆਂ ਉਹਨਾਂ ਤੇ ਤੁਹਾਨੂੰ 5 ਅਜਮਾਇਲਸ ਮਿਲਣਗੇ ਹਰ 100 ਰੁਪਏ ਸਪੈਂਡ ਕਰਨ ਤੇ, ਪਰ ਇੱਥੇ ਧਿਆਨ ਰੱਖਣ ਵਾਲੀ ਗੱਲ ਹੈ ਵੀ ਜਿਹੜੇ ਇਹ ਅਜਮਾਇਲਸ ਹੈ ਨਾ ਇਹ ਐਜ ਰਿਵਾਰਡਸ ਨਹੀਂ ਹੈ ਜੋ ਐਕਸਿਸ ਦੇ ਬਾਕੀ ਕਾਰਡਸ ਤੇ ਮਿਲਦੇ ਆ। ਇਹ ਜਿਹੜੇ ਅਜਮਾਇਲਸ ਨੇ ਇਹਨਾਂ ਦਾ ਜਿਹੜਾ ਰਿਵਾਰਡ ਰੇਟ ਆ ਉਹ ਕਿਤੇ ਜ਼ਿਆਦਾ ਵਧੀਆ, ਜੋ ਕਿ ਤੁਹਾਨੂੰ ਉੱਪਰ ਹੁਣੇ ਦੱਸਿਆ ਵੀ ਹੈ। ਸੋ ਨੋਰਮਲ ਟ੍ਰਾਂਜੈਕਸ਼ਨ ਕਰਨ ਤੇ ਤੁਹਾਨੂੰ 2% ਅਜਮਾਇਲਸ ਮਿਲਦੇ ਆ, ਜਿਨ੍ਹਾਂ ਨੂੰ ਕਿ ਟ੍ਰਾਂਸਲੇਟ ਕਰੀਏ ਤਾਂ 4% ਦਾ ਰਿਵਾਰਡ ਰੇਟ ਬਣਦਾ, ਤੇ ਤੁਹਾਨੂੰ 5% ਅਜਮਾਇਲਸ ਮਿਲਦੇ ਆ ਜੇਕਰ ਤੁਸੀਂ ਐਕਸਿਸ ਟ੍ਰੈਵਲ ਐਜ ਪੋਰਟਲ ਯੂਜ਼ ਕਰੋਗੇ, ਜਿਹਨੂੰ ਕਿ ਟ੍ਰਾਂਸਲੇਟ ਕਰਨ ਤੇ 10% ਦਾ ਰਿਵਾਰਡ ਰੇਟ ਬਣਦਾ ਹੈ। ਸੋ ਇਸ ਤਰੀਕੇ ਨਾਲ ਜਿਹੜਾ ਐਕਸਿਸ ਐਟਲਸ ਦਾ ਇਹਦਾ ਜਿਹੜਾ ਰਿਵਾਰਡ ਸਟਰਕਚਰ ਹੈ ਉਹ ਕਾਫੀ ਵਧੀਆ ਹੈ। ਇਸ ਕਾਰਡ ਦੀ ਰਿਨਿਊਅਲ ਫੀਸ 5,000 ਰੁਪਏ ਪਲੱਸ GST ਹੈ, ਤੇ ਇਹਨੂੰ ਵੇਵ ਆਫ ਕਰਾਉਣ ਦਾ ਕੋਈ ਆਪਸ਼ਨ ਨਹੀਂ ਹੈ, ਇਹ ਫੀਸ ਤੁਹਾਨੂੰ ਦੇਣੀ ਹੀ ਪਏਗੀ। ਪਰ ਇਸ ਕਾਰਡ ਤੇ ਨਾ ਕਾਫੀ ਵਧੀਆ ਸਪੈਂਡ ਮਾਈਲਸਟੋਨ ਜ਼ਰੂਰ ਮਿਲਦੇ ਆ। ਜੇਕਰ ਤੁਸੀਂ ਰੈਗੂਲਰਲੀ 15 ਲੱਖ ਰੁਪਏ ਤੱਕ ਸਪੈਂਡ ਕਰਦੇ ਹੋ ਤਾਂ ਤੁਹਾਨੂੰ 40,000 ਅਜਮਾਇਲਸ ਮਿਲਦੇ ਆ, ਜਿਹੜੇ ਕਿ 30,000 ਨੋਰਮਲ ਤੇ 10,000 ਮਾਈਲਸਟੋਨ ਬੈਨੀਫਿਟ ਮਿਲਦਾ ਹੈ। ਹੁਣ ਜਿਹੜੇ 40,000 ਅਜਮਾਇਲਸ ਆ ਇਹਨਾਂ ਦੀ ਜਿਹੜੀ ਵੈਲਿਊ ਹੈ ਉਹ ਕੌਰ ਹੋਟਲ ਦੇ ਨਾਲ ਈਜ਼ੀਲੀ 1,44,000 ਦੇ ਕਰੀਬ ਬਣ ਜਾਂਦੀ ਹੈ, ਜੋ ਕਿ ਮੇਰੇ ਓਪੀਨੀਅਨ ਦੇ ਅਕੋਰਡਿੰਗ ਕਾਫੀ ਡੀਸੈਂਟ ਚੀਜ਼ ਹੈ। ਅਡੀਸ਼ਨਲੀ ਤੁਹਾਨੂੰ ਇੱਕ ਡੀਸੈਂਟ ਨੰਬਰ ਮਿਲ ਜਾਂਦਾ ਲੌਂਚ ਵਿਜ਼ਿਟਸ ਦਾ, ਉਹ ਡਿਪੈਂਡ ਕਰਦਾ ਵੀ ਤੁਸੀਂ ਐਨੂਅਲੀ ਇਸ ਕ੍ਰੈਡਿਟ ਕਾਰਡ ਤੋਂ ਕਿੰਨਾ ਸਪੈਂਡ ਕਰਦੇ ਹੋ। ਸਾਡੀ ਅਗਲੀ ਰਿਕਮੈਂਡੇਸ਼ਨ ਹੈ HDFC ਇਨਫੀਨੀਆ। ਹੁਣ HDFC ਇਨਫੀਨੀਆ ਜਿਹੜਾ ਕ੍ਰੈਡਿਟ ਕਾਰਡ ਹੈ ਇਹਦਾ ਜਿਹੜਾ ਨੋਰਮਲ ਰਿਵਾਰਡ ਰੇਟ ਹੈ 3.3%, ਯਾਨੀ ਜੇਕਰ ਤੁਸੀਂ HDFC ਸਮਾਰਟ ਬਾਏ ਪੋਰਟਲ ਦੀ ਯੂਜ਼ ਕਰੋਗੇ ਨਾ ਤਾਂ ਇਹ 16.6% ਤੱਕ ਜਾ ਸਕਦਾ ਹੈ। ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਕੰਮ ਕਿਵੇਂ ਕਰਦਾ ਹੈ। ਹੁਣ HDFC ਦਾ ਜਿਹੜਾ ਸਮਾਰਟ ਬਾਏ ਪੋਰਟਲ ਹੈ ਇਹਦੇ ਤੇ ਤੁਸੀਂ ਹੋਟਲਸ ਤੇ ਫਲਾਈਟ ਬੁਕਿੰਗਸ ਬੜੀ ਈਜ਼ੀਲੀ ਬੁੱਕ ਕਰ ਸਕਦੇ ਹੋ, ਤੇ ਬੁਕਿੰਗਸ ਦਾ ਜਿਹੜਾ ਅਮਾਊਂਟ ਹੋਏਗਾ 70% ਤੱਕ ਤੁਸੀਂ ਰਿਵਾਰਡ ਪੁਆਇੰਟਸ ਦੇ ਨਾਲ ਪੇ ਕਰ ਸਕਦੇ ਹੋ, ਬਾਕੀ ਦਾ 30% ਤੁਹਾਨੂੰ ਕਾਰਡ ਤੋਂ ਪੇ ਕਰਨਾ ਪਏਗਾ। ਬਟ ਇਹਦੀ ਵਧੀਆ ਗੱਲ ਇਹ ਹੈ ਵੀ ਜਿਹੜਾ ਕਾਰਡ ਤੋਂ ਅਮਾਊਂਟ ਪੇ ਕਰੋਗੇ ਨਾ ਉਹਦਾ 16.6% ਤੁਸੀਂ ਰਿਵਾਰਡ ਪੁਆਇੰਟਸ ਵੀ ਕਮਾ ਲਓਗੇ, ਜੋ ਕਿ ਨੋਰਮਲ ਰਿਵਾਰਡ ਰੇਟ ਦਾ 5 ਗੁਣਾ ਤੱਕ ਹੋ ਜਾਂਦਾ ਹੈ। ਇਹਨਾਂ ਪੁਆਇੰਟਸ ਨੂੰ ਤੁਸੀਂ ਫਿਰ ਤੋਂ ਫਲਾਈਟ ਜਾਂ ਫਿਰ ਹੋਟਲ ਬੁਕਿੰਗਸ ਦੇ ਲਈ ਯੂਜ਼ ਕਰ ਸਕਦੇ ਹੋ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਹਨਾਂ ਰਿਵਾਰਡ ਪੁਆਇੰਟਸ ਨੂੰ ਯੂਜ਼ ਕਰਕੇ ਮੈਂ ਕਿੰਨੀ ਵਾਰੀ ਫਲਾਈਟਸ ਬੁੱਕ ਕੀਤੀਆਂ ਨੇ। ਅਡੀਸ਼ਨਲੀ ਇੰਟਰਨੈਸ਼ਨਲ ਟਰੈਵਲ ਦੇ ਲਈ HDFC ਇਨਫੀਨੀਆ ਦਾ ਇੱਕ ਪ੍ਰੋਗਰਾਮ ਹੈ ਜਿਹਨੂੰ ਕਿ ਗਲੋਬਲ ਵੈਲਿਊ ਪ੍ਰੋਗਰਾਮ ਕਿਹਾ ਜਾਂਦਾ ਹੈ। ਇਸ ਪ੍ਰੋਗਰਾਮ ਦੇ ਨਾਲ ਤੁਹਾਨੂੰ 1% ਅਡੀਸ਼ਨਲ ਕੈਸ਼ਬੈਕ ਮਿਲਦਾ ਇੰਟਰਨੈਸ਼ਨਲ ਸਪੈਂਡ ਕਰਨ ਤੇ, ਜਿਹਦੀ ਕਿ ਮੈਕਸਿਮਮ ਕੈਪਿੰਗ 1 ਲੱਖ ਰੁਪਏ ਪਰ ਮੰਥ ਹੈ। HDFC ਨੋਰਮਲੀ ਜਿਹੜੇ ਫੋਰੈਕਸ ਚਾਰਜ ਲਾਉਂਦਾ ਉਹ 2% ਤੱਕ ਹੁੰਦੇ ਆ, ਤੇ ਇਹ 1% ਐਕਸਟਰਾ ਮਿਲਦੇ ਨਾਲ ਤਾਂ ਜਿਹੜਾ ਟੋਟਲ ਰਿਵਾਰਡਡ ਆ 4.3% ਹੋ ਜਾਂਦਾ, ਮਤਲਬ ਕਿ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਤੇ ਵੀ ਤੁਹਾਨੂੰ 2.3% ਤੱਕ ਦਾ ਬੈਨੀਫਿਟ ਮਿਲ ਸਕਦਾ ਹੈ। HDFC ਇਨਫੀਨੀਆ ਦੇ ਵਿੱਚ ਤੁਹਾਨੂੰ ਆਪਣੇ ਲਈ ਤੇ ਇੱਕ ਐਡ ਆਨ ਕਾਰਡ ਹੋਲਡਰ ਦੇ ਲਈ ਅਨਲਿਮਿਟਡ ਡੋਮੈਸਟਿਕ ਪਲੱਸ ਇੰਟਰਨੈਸ਼ਨਲ ਲੌਂਜ ਐਕਸੈਸ ਮਿਲ ਜਾਂਦਾ ਹੈ।
ਪਲੱਸ ਤੁਹਾਨੂੰ ਇੱਕ ਕੰਪਲੀਮੈਂਟਰੀ ਨਾਈਟ ਸਟੇ ਮਿਲਦੀ ਹੈ ਆਈ ਟੀ ਸੀ 'ਚ, 1+1 ਬੂਫੇ ਮਿਲਦਾ ਆਈ ਟੀ ਸੀ ਹੋਟਲਸ ਦੇ ਵਿੱਚ, ਕੰਪਲੀਮੈਂਟਰੀ ਕਲੱਬ ਮੈਰੀਅਟ ਦੀ ਮੈਂਬਰਸ਼ਿਪ ਮਿਲ ਜਾਂਦੀ ਹੈ, ਗਲੋਬਲ ਪਰਸਨਲ ਕੌਨਸਰੀਆਜ ਮਿਲ ਜਾਂਦਾ ਅਤੇ ਹੋਰ ਵੀ ਬਹੁਤ ਕੁਝ ਮਿਲਦਾ ਇਸ ਕਾਰਡ ਦੇ ਨਾਲ। ਪਰ ਐਚ ਡੀ ਐਫ ਸੀ ਇਨਫੀਨੀਆ ਨਾਲ ਇੱਕ ਇਨਵਾਈਟ ਓਨਲੀ ਕਾਰਡ ਹੈ ਜਿਹਦੇ ਲਈ ਤੁਹਾਡੀ ਘੱਟੋ ਘੱਟ ਮੰਥਲੀ ਸੈਲਰੀ 2-3 ਲੱਖ ਰੁਪਏ ਹੋਣੀ ਚਾਹੀਦੀ ਹੈ। ਸੋ ਇਸ ਤਰੀਕੇ ਨਾਲ ਇਹ ਕਾਰਡ ਕਾਫੀ ਐਕਸਕਲੂਸਿਵ ਹੋ ਜਾਂਦਾ ਹੈ। ਹੁਣ ਸਾਡੀ ਅਗਲੀ ਰੈਕਮੈਂਡੇਸ਼ਨ ਹੋਏਗੀ ਏਅਰਲਾਈਨ ਸਪੈਸੀਫਿਕ ਕਾਰਡਸ। ਸਭ ਤੋਂ ਪਹਿਲਾਂ ਤਾਂ ਜੇਕਰ ਇੰਡੀਗੋ ਦੀ ਗੱਲ ਕਰੀਏ, ਹੁਣ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਮਹੀਨੇ 'ਚ 2-4 ਇੰਡੀਗੋ ਦੀਆਂ ਫਲਾਈਟਸ, ਡੋਮੈਸਟਿਕ ਫਲਾਈਟਸ ਲੈਣੀਆਂ ਹੀ ਹੁੰਦੀਆਂ ਨੇ, ਤਾਂ ਇੱਦਾਂ ਦੇ ਕੇਸ ਦੇ ਵਿੱਚ ਇੱਕ ਏਅਰਲਾਈਨ ਸਪੈਸੀਫਿਕ ਕਾਰਡ ਹੋਣਾ ਕਾਫੀ ਬੈਨੀਫਿਸ਼ੀਅਲ ਸਾਬਿਤ ਹੋ ਸਕਦਾ ਹੈ। ਹੁਣ ਇੱਥੇ ਇੰਡੀਗੋ ਨੇ 2 ਬੈਂਕਾਂ ਨਾਲ ਟਾਈਅਪ ਕੀਤਾ ਹੋਇਆ, ਐਚ ਡੀ ਐਫ ਸੀ ਅਤੇ ਕੋਟਕ, ਦੋਨਾਂ ਦੇ ਨਾਲ 2-2 ਕਾਰਡ ਲਾਂਚ ਕੀਤੇ ਆ, ਇੱਕ ਬੇਸਿਕ ਅਤੇ ਇੱਕ ਪ੍ਰੀਮੀਅਮ। ਹੁਣ ਇੰਡੀਗੋ ਦੇ ਨਾਲ ਤੁਹਾਡੀਆਂ ਐਨੂਅਲ ਸਪੈਂਡਸ ਨੂੰ ਦੇਖਦੇ ਹੋਏ ਤੁਸੀਂ ਇਹਨਾਂ 'ਚੋਂ ਕੋਈ ਵੀ ਕਾਰਡ ਚੂਜ਼ ਕਰ ਸਕਦੇ ਹੋ। ਐਚ ਡੀ ਐਫ ਸੀ ਦਾ ਜਿਹੜਾ ਬੇਸਿਕ ਕਾਰਡ ਆ ਉਹਦੀ ਫੀਸ ਹੈ 500 ਰੁਪਏ ਪਲੱਸ ਜੀ ਐਸ ਟੀ, ਜਿੱਥੇ ਤੁਹਾਨੂੰ 2.5% ਦਾ ਕੈਸ਼ਬੈਕ ਮਿਲ ਜਾਂਦਾ ਇੰਡੀਗੋ 'ਤੇ, 2% ਦਾ ਕੈਸ਼ਬੈਕ ਮਿਲਦਾ ਤੁਹਾਨੂੰ ਡਾਇਨਿੰਗ ਐਂਟਰਟੇਨਮੈਂਟ ਅਤੇ ਗਰੋਸਰੀ 'ਤੇ, 1% ਦਾ ਕੈਸ਼ਬੈਕ ਮਿਲਦਾ ਬਾਕੀ ਸਾਰੇ ਸਪੈਂਡਸ 'ਤੇ। ਇਹਦੇ ਵਿੱਚ ਤੁਹਾਨੂੰ ਵੈਲਕਮ ਬੈਨੀਫਿਟ ਦੇ ਤੌਰ 'ਤੇ 1500 ਤੱਕ ਦਾ ਡਿਸਕਾਊਂਟ ਮਿਲ ਜਾਂਦਾ ਫਸਟ ਟਿਕਟ 'ਤੇ, ਅਤੇ ਇਸ ਕਾਰਡ ਦੇ ਨਾਲ ਕੋਈ ਡੋਮੈਸਟਿਕ ਲੌਂਜ ਐਕਸੈਸ ਨਹੀਂ ਮਿਲਦਾ, ਅਤੇ ਇਸ ਕਾਰਡ ਦੇ ਨਾਲ ਤੁਹਾਨੂੰ ਕੋਈ ਲੌਂਜ ਐਕਸੈਸ ਨਹੀਂ ਮਿਲਦਾ। ਦੂਜਾ ਐਚ ਡੀ ਐਫ ਸੀ ਦਾ ਪ੍ਰੀਮੀਅਮ ਕਾਰਡ ਹੈ, ਉਹਦੀ ਐਨੂਅਲ ਤੋਂ ਜਾਣੀ ਫੀਸ ਹੈ 1500 ਰੁਪਏ ਪਲੱਸ ਜੀ ਐਸ ਟੀ। ਉਸ ਕਾਰਡ ਦੇ ਨਾਲ ਤੁਹਾਨੂੰ 5% ਦਾ ਕੈਸ਼ਬੈਕ ਮਿਲ ਜਾਂਦਾ ਇੰਡੀਗੋ ਦੇ ਨਾਲ, 3% ਡਾਇਨਿੰਗ ਐਂਟਰਟੇਨਮੈਂਟ ਅਤੇ ਗਰੋਸਰੀ 'ਤੇ, 2% ਬਾਕੀ ਸਾਰੇ ਖਰਚਿਆਂ 'ਤੇ। ਇਸ ਕਾਰਡ ਦੇ ਨਾਲ ਵੈਲਕਮ ਬੈਨੀਫਿਟ ਦੇ ਤੌਰ 'ਤੇ ਤੁਹਾਨੂੰ 3000 ਤੱਕ ਦਾ ਡਿਸਕਾਊਂਟ ਮਿਲ ਜਾਂਦਾ ਫਸਟ ਟਿਕਟ 'ਤੇ, ਅਤੇ ਇਸ ਕਾਰਡ ਦੇ ਨਾਲ ਤੁਹਾਨੂੰ 8 ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦਾ ਅਤੇ 12 ਗੋਲਫ ਲੈਸਨਸ ਮਿਲ ਜਾਂਦੇ ਆ। ਕੋਟਕ ਦੀ ਵੀ ਸਿਮਿਲਰ ਜੀ ਕਹਾਣੀ ਹੈ, ਇਹਦੇ ਵਿੱਚ ਜਿਹੜੇ ਰਿਵਾਰਡ ਰੇਟਸ ਨੇ ਉਹ ਐਚ ਡੀ ਐਫ ਸੀ ਨਾਲੋਂ ਥੋੜ੍ਹੇ ਜਿਹੇ ਬੈਟਰ ਨੇ, ਬਟ ਫਿਰ ਇਹਨਾਂ ਦੀ ਫੀਸ ਵੀ ਥੋੜ੍ਹੀ ਜਿਹੀ ਜ਼ਿਆਦਾ ਹੈ। ਜੇਕਰ ਦੇਖਿਆ ਜਾਵੇ ਤਾਂ ਕੋਟਕ ਦਾ ਜਿਹੜਾ ਪ੍ਰੀਮੀਅਮ ਕਾਰਡ ਉਹਦੇ 'ਤੇ 6% ਕੈਸ਼ਬੈਕ ਮਿਲਦਾ ਇੰਡੀਗੋ ਫਲਾਈਟਸ 'ਤੇ, ਅਤੇ ਐਚ ਡੀ ਐਫ ਸੀ ਦੇ ਪ੍ਰੀਮੀਅਮ ਕਾਰਡ 'ਤੇ 5% ਕੈਸ਼ਬੈਕ ਮਿਲਦਾ ਇੰਡੀਗੋ ਫਲਾਈਟਸ 'ਤੇ, ਹਾਲਾਂਕਿ ਦੋਨਾਂ ਦੀ ਫੀਸ ਸੇਮ ਹੈ। ਪਰ ਫਿਰ ਕੋਟਕ ਦੇ ਵਿੱਚ ਤੁਹਾਨੂੰ ਗੋਲਫ ਲਾਇਸੈਂਸ ਨਹੀਂ ਮਿਲਦੇ, ਅਤੇ ਜੇਕਰ ਗੋਲਫ ਤੁਹਾਡੇ ਲਈ ਇੰਪੋਰਟੈਂਟ ਨਹੀਂ ਆ ਤਾਂ ਤੁਸੀਂ ਕੋਟਕ ਦੇ 6E ਰਿਵਾਰਡਸ ਐਕਸਲ ਕਾਰਡ ਨੂੰ ਬੁੱਕ ਕਰ ਸਕਦੇ ਹੋ। ਹੁਣ ਇਦਾਂ ਦੇ ਸਿਮਿਲਰ ਕਾਰਡਸ ਬਾਕੀ ਏਅਰਲਾਈਨਸ ਦੇ ਵੀ ਆਉਂਦੇ ਆ, ਜਿਵੇਂ ਕਿ ਵਿਸਤਾਰਾ ਹੋ ਗਿਆ ਜਾਂ ਫਿਰ ਏਅਰ ਇੰਡੀਆ ਹੋ ਗਿਆ, ਬਟ ਅਕਰੋਸ ਇੰਡੀਆ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਦੀ ਨਾ ਇੰਨੀ ਵਧੀਆ ਕਨੈਕਟੀਵਿਟੀ ਨਹੀਂ ਹੈ, ਸੋ ਜਨਰਲੀ ਇਹਨਾਂ ਬਾਰੇ ਦੱਸਣਾ ਮੈਂ ਅਵੋਇਡ ਹੀ ਕਰੂੰਗਾ। ਬਟ ਜੇਕਰ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਸਾਲ ਦੇ ਵਿੱਚ ਏਅਰ ਇੰਡੀਆ ਜਾਂ ਵਿਸਤਾਰਾ ਦੀਆਂ 3-4 ਫਲਾਈਟਾਂ ਲੈਣੀਆਂ ਹੀ ਹੁੰਦੀਆਂ ਨੇ, ਤਾਂ ਡੈਫੀਨਿਟਲੀ ਤੁਸੀਂ ਇਹਨਾਂ ਦੇ ਸਪੈਸੀਫਿਕ ਕਾਰਡਸ ਵੀ ਕੰਸਿਡਰ ਕਰ ਸਕਦੇ ਹੋ। ਤੇ ਸਾਡੀ ਅਗਲੀ ਰეკਮੈਂਡੇਸ਼ਨ ਹੈ ਸਟੈਂਡਰਡ ਚਾਰਟਰ ਦਾ ਇਜ਼ ਮਾਈ ਟ੍ਰਿਪ ਕ੍ਰੈਡਿਟ ਕਾਰਡ। ਹੁਣ ਤੱਕ ਅਸੀਂ ਜਿੰਨੇ ਵੀ ਕ੍ਰੈਡਿਟ ਕਾਰਡਸ ਦੇਖੇ ਆ ਉਹ ਪ੍ਰੀਮੀਅਮ ਕੈਟਾਗਰੀ ਦੇ ਆ, ਜਿਨ੍ਹਾਂ ਨੂੰ ਹਰ ਕੋਈ ਅਫੋਰਡ ਨਹੀਂ ਕਰ ਸਕਦਾ, ਤੇ ਇਦਾਂ ਦੇ ਕੇਸ ਦੇ ਵਿੱਚ ਸਟੈਂਥ ਸੀ ਦਾ ਇਜ਼ ਮਾਈ ਟ੍ਰਿਪ ਕ੍ਰੈਡਿਟ ਕਾਰਡ ਤੁਹਾਡੇ ਲਈ ਕਾਫੀ ਵਧੀਆ ਸਾਬਿਤ ਹੋ ਸਕਦਾ। ਇਸ ਕਾਰਡ ਦੀ ਜੁਆਇਨਿੰਗ ਫੀਸ 350 ਰੁਪਏ ਪਲੱਸ ਜੀ ਐਸ ਟੀ ਹੈ, ਤੇ ਜਿਵੇਂ ਕਿ ਨਾਮ ਤੋਂ ਹੀ ਦਿਖ ਰਿਹਾ ਇਹ ਇੱਕ ਕੋ ਬ੍ਰਾਂਡਡ ਕ੍ਰੈਡਿਟ ਕਾਰਡ ਹੈ ਵਿਦ ਇਜ਼ ਮਾਈ ਟ੍ਰਿਪ ਪੋਰਟਲ ਦੇ ਨਾਲ, ਜਿੱਥੇ ਕਿ ਤੁਸੀਂ ਫਲਾਈਟਸ ਵਗੈਰਾ ਬੁੱਕ ਕਰ ਸਕਦੇ ਹੋ। ਤੇ ਇਸ ਕਾਰਡ ਦਾ ਯੂਜ਼ ਕਰਕੇ ਜੇਕਰ ਤੁਸੀਂ ਆਪਣੀਆਂ ਟਰੈਵਲ ਬੁਕਿੰਗਸ ਕਰਦੇ ਹੋ ਇਜ਼ ਮਾਈ ਟ੍ਰਿਪ ਦੀ ਵੈਬਸਾਈਟ ਜਾਂ ਫਿਰ ਐਪ ਤੋਂ, ਤਾਂ ਤੁਹਾਨੂੰ ਕੁਝ ਬੈਨੀਫਿਟਸ ਮਿਲਦੇ ਆ, ਜਿਵੇਂ ਕਿ 20% ਡਿਸਕਾਊਂਟ ਮਿਲਦਾ ਤੁਹਾਨੂੰ ਡੋਮੈਸਟਿਕ ਐਜ਼ ਵੈਲ ਐਜ਼ ਇੰਟਰਨੈਸ਼ਨਲ ਹੋਟਲ ਬੁਕਿੰਗਸ 'ਤੇ। ਇੱਥੇ ਜਿਹੜਾ ਮੈਕਸਿਮਮ ਡਿਸਕਾਊਂਟ ਡੋਮੈਸਟਿਕ ਹੋਟਲ ਬੁਕਿੰਗ 'ਤੇ ਹੈ ਉਹ ਹੈ 5000 ਰੁਪਏ ਪਰ ਮੰਥ, ਅਤੇ ਇੰਟਰਨੈਸ਼ਨਲ ਹੋਟਲ ਬੁਕਿੰਗਸ 'ਤੇ 10000 ਪਰ ਮੰਥ ਦਾ ਬੈਨੀਫਿਟ ਹੈ, ਅਤੇ ਇਹਦੇ ਨਾਲ ਨਾਲ ਤੁਹਾਨੂੰ 10% ਦਾ ਡਿਸਕਾਊਂਟ ਮਿਲ ਜਾਂਦਾ ਹੈ ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟ ਬੁਕਿੰਗਸ 'ਤੇ। ਹੁਣ ਜਿਹੜਾ ਮੈਕਸਿਮਮ ਡਿਸਕਾਊਂਟ ਇੰਟਰਨੈਸ਼ਨਲ ਫਲਾਈਟਸ 'ਤੇ ਮਿਲਦਾ ਉਹ 5000 ਰੁਪਏ ਪਰ ਮੰਥ ਦਾ, ਅਤੇ ਡੋਮੈਸਟਿਕ ਫਲਾਈਟਸ ਦੀ ਗੱਲ ਕਰਾਂ ਤਾਂ ਉਹ 1000 ਰੁਪਏ ਦੀ ਲਿਮਿਟ ਹੈ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ 500 ਜਾਂ ਉਸ ਤੋਂ ਵੱਧ ਦੀ ਕੋਈ ਬੱਸ ਟਿਕਟ ਬੁੱਕ ਕਰਦੇ ਹੋ ਤਾਂ ਉੱਥੇ ਤੁਹਾਨੂੰ 125 ਰੁਪਏ ਤੱਕ ਦਾ ਫਲੈਟ ਡਿਸਕਾਊਂਟ ਮਿਲਦਾ। ਅਤੇ ਸਾਰੇ ਬੈਨੀਫਿਟਸ ਲੈਣ ਦੇ ਲਈ ਤੁਸੀਂ ਇੱਕ ਪ੍ਰੋਮੋ ਕੋਡ ਯੂਜ਼ ਕਰਨਾ EMTSCB। ਜੇਕਰ ਰਿਵਾਰਡ ਰੇਟ ਦੀ ਗੱਲ ਕਰੀਏ ਤਾਂ ਹਰ 100 ਰੁਪਏ ਸਪੈਂਡ ਕਰਨ 'ਤੇ ਤੁਹਾਨੂੰ 2 ਰਿਵਾਰਡ ਪੁਆਇੰਟਸ ਮਿਲਦੇ ਆ। ਇੱਕ ਰਿਵਾਰਡ ਪੁਆਇੰਟ ਦੀ ਵੈਲਿਊ 25 ਪੈਸੇ ਦੇ ਕਰੀਬ ਹੈ, ਮਤਲਬ ਕਿ ਇਸ ਕਾਰਡ ਦਾ ਜਿਹੜਾ ਰਿਵਾਰਡ ਰੇਟ ਹੈ ਉਹ 0.5% ਹੋ ਗਿਆ। ਜੇਕਰ ਤੁਸੀਂ ਇਸ ਕਾਰਡ ਦਾ ਯੂਜ਼ ਕਰਦੇ ਹੋ ਟਰੈਵਲ ਬੁਕਿੰਗਸ ਦੇ ਲਈ ਜਿਵੇਂ ਕਿ ਸਟੈਂਡ ਲੋਨ ਹੋਟਲਸ ਜਾਂ ਫਿਰ ਏਅਰਲਾਈਨਸ ਵੈਬਸਾਈਟ ਜਾਂ ਫਿਰ ਐਪਸ 'ਤੇ, ਤਾਂ ਤੁਹਾਨੂੰ 10x ਰਿਵਾਰਡ ਪੁਆਇੰਟਸ ਮਿਲਦੇ ਆ। ਅਤੇ ਇਹਦੇ ਨਾਲ ਨਾਲ ਤੁਹਾਨੂੰ ਇੱਕ ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦਾ ਇੱਕ ਕੁਆਟਰ ਦੇ ਵਿੱਚ, ਅਤੇ 2 ਇੰਟਰਨੈਸ਼ਨਲ ਲੌਂਜ ਐਕਸੈਸ ਮਿਲ ਜਾਂਦੇ ਆ ਇੱਕ ਸਾਲ ਦੇ ਵਿੱਚ। ਅਤੇ ਜਿਹੜੀ ਇਸ ਕਾਰਡ ਦੀ 350 ਰੁਪਏ ਪਲੱਸ ਜੀ ਐਸ ਟੀ ਦੀ ਰੀਨਿਊਅਲ ਫੀਸ ਹੈ ਉਹ ਤੁਸੀਂ ਇੱਕ ਸਾਲ ਦੇ ਵਿੱਚ 50000 ਰੁਪਏ ਤੱਕ ਸਪੈਂਡ ਕਰਕੇ ਪੇਅ ਆਫ ਕਰਵਾ ਸਕਦੇ ਹੋ। ਅਤੇ ਮੇਰੀ ਲਾਸਟ ਰੈਕਮੈਂਡੇਸ਼ਨ ਹੈ ਇਸ ਟਰੈਵਲ
ਕੈਟਾਗਰੀ ਦੇ ਵਿੱਚ IRCTC HDFC ਕ੍ਰੈਡਿਟ ਕਾਰਡ। ਹੁਣ ਫਲਾਈਟ ਜਾਂ ਹੋਟਲ ਬੁਕਿੰਗਸ ਦੀਆਂ ਤਾਂ ਬਹੁਤ ਗੱਲਾਂ ਹੋ ਗਈਆਂ, ਪਰ ਉਹਨਾਂ ਵਿਊਵਰਸ ਦਾ ਕੀ ਹੋਏਗਾ ਜਿਹੜੇ ਟ੍ਰੇਨ ਦੁਆਰਾ ਟਰੈਵਲ ਕਰਨਾ ਪਸੰਦ ਕਰਦੇ ਆ? ਸੋ ਉਹਨਾਂ ਲਈ ਆਉਂਦਾ IRCTC HDFC ਦਾ ਕ੍ਰੈਡਿਟ ਕਾਰਡ। ਇਸ ਕਾਰਡ ਦੀ ਐਨੁਅਲ ਅਤੇ ਜੁਆਇਨਿੰਗ ਫੀਸ 500 ਰੁਪਏ ਪਲੱਸ GST ਹੈ, ਜਿਹਨੂੰ ਕਿ ਤੁਸੀਂ ਵੇਵ ਆਫ ਕਰਵਾ ਸਕਦੇ ਹੋ ਇੱਕ ਸਾਲ ਦੇ ਵਿੱਚ 1.5 ਲੱਖ ਰੁਪਏ ਤੱਕ ਸਪੈਂਡ ਕਰਕੇ। ਬਟ ਇਹ ਲਿਮਿਟ ਜੇਕਰ 50,000 ਰੁਪਏ ਤੱਕ ਹੁੰਦੀ ਤਾਂ ਹੋਰ ਵੀ ਵਧੀਆ ਹੋਣਾ ਸੀ। ਰਿਵਾਰਡ ਰੇਟ ਦੀ ਗੱਲ ਕਰੀਏ ਤਾਂ ਤੁਹਾਨੂੰ 5 ਰਿਵਾਰਡ ਪੁਆਇੰਟ ਮਿਲਦੇ ਹਰ 100 ਰੁਪਏ ਸਪੈਂਡ ਕਰਨ 'ਤੇ IRCTC ਦੀ ਟਿਕਟਿੰਗ ਵੈਬਸਾਈਟ ਜਾਂ ਫਿਰ ਰੇਲ ਕਨੈਕਟ ਐਪ 'ਤੇ। ਇਹਦੀ ਮੈਕਸੀਮਮ ਲਿਮਿਟ 1,000 ਪੁਆਇੰਟਸ ਪਰ ਮੰਥ ਹੈ ਅਤੇ ਇੱਥੇ 1 ਰਿਵਾਰਡ ਪੁਆਇੰਟ ਦੀ ਵੈਲਿਊ 1 ਰੁਪਏ ਜੇਕਰ ਤੁਸੀਂ ਉਹਨਾਂ ਨੂੰ IRCTC ਦੀ ਐਪ 'ਤੇ ਰਿਡੀਮ ਕਰਦੇ ਹੋ। ਸੋ ਟ੍ਰੇਨ ਟਿਕਟ ਬੁੱਕ ਕਰਨ 'ਤੇ ਤੁਹਾਨੂੰ 5% ਦਾ ਰਿਵਾਰਡ ਰੇਟ ਮਿਲਦਾ ਹੈ, ਅਤੇ ਜੇਕਰ ਤੁਸੀਂ ਇਹ ਟ੍ਰੇਨ ਟਿਕਟ HDFC ਦੇ ਸਮਾਰਟ ਬਾਏ ਪੋਰਟਲ ਤੋਂ ਬੁੱਕ ਕਰੋਗੇ ਤਾਂ ਤੁਹਾਨੂੰ ਅਡੀਸ਼ਨਲ 5% ਕੈਸ਼ਬੈਕ ਮਿਲੇਗਾ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਕਾਰਡ ਨੂੰ ਯੂਜ਼ ਕਰਕੇ HDFC ਦੇ ਸਮਾਰਟ ਬਾਏ ਤੋਂ ਕੋਈ ਵੀ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਤੁਹਾਨੂੰ 5% ਤੱਕ ਦਾ ਕੈਸ਼ਬੈਕ ਮਿਲੇਗਾ। ਸਮਾਰਟ ਬਾਏ ਤੋਂ ਤੁਸੀਂ 1 ਮਹੀਨੇ ਦੇ ਵਿੱਚ ਮੈਕਸੀਮਮ 1,000 ਰੁਪਏ ਤੱਕ ਕਮਾ ਸਕਦੇ ਹੋ। IRCTC ਅਤੇ HDFC ਦੇ ਸਮਾਰਟ ਬਾਏ ਤੋਂ ਇਲਾਵਾ ਜਿਹੜੇ ਬਾਕੀ ਖਰਚੇ ਨੇ, ਹਰ 100 ਰੁਪਏ ਸਪੈਂਡ ਕਰਨ 'ਤੇ ਤੁਹਾਨੂੰ ਉੱਥੇ 1 ਰਿਵਾਰਡ ਪੁਆਇੰਟ ਮਿਲੇਗਾ, ਅਤੇ ਇਹਦੀ ਮੈਕਸੀਮਮ ਲਿਮਿਟ 1,000 ਪੁਆਇੰਟਸ ਪਰ ਮੰਥ ਹੈ। ਇਸ ਕਾਰਡ ਦੇ ਨਾਲ ਇੱਕ ਕੁਆਟਰਲੀ ਮਾਈਲਸਟੋਨ ਬੈਨੀਫਿਟ ਵੀ ਮਿਲਦਾ ਹੈ। ਤੁਹਾਨੂੰ 500 ਰੁਪਏ ਤੱਕ ਦਾ ਗਿਫਟ ਵਾਊਚਰ ਮਿਲਦਾ ਜੇਕਰ ਤੁਸੀਂ ਕੁਆਟਰਲੀ 30,000 ਰੁਪਏ ਤੱਕ ਸਪੈਂਡ ਕਰ ਦਿੰਦੇ ਹੋ। ਓਵਰਆਲ ਬੇਸਿਸ ਤੇ ਦੇਖਿਆ ਜਾਵੇ ਤਾਂ ਇਹ ਕਾਰਡ ਬੈਸਟ IRCTC ਕੋ-ਬ੍ਰਾਂਡਡ ਕ੍ਰੈਡਿਟ ਕਾਰਡ ਹੈ ਮਾਰਕੀਟ ਦੇ ਵਿੱਚ, ਜਿਹਦੇ 'ਤੇ ਕਿ ਬਾਕੀ ਕਾਰਡ ਜਿਵੇਂ ਕਿ SBI IRCTC ਕ੍ਰੈਡਿਟ ਕਾਰਡ ਦੀ ਤਰ੍ਹਾਂ ਕੋਈ ਟਿਕਟ ਕਲਾਸ ਕੈਪਿੰਗ ਨਹੀਂ ਹੈ, ਅਤੇ ਜਿਹੜੀ ਕੈਪਿੰਗ ਮੈਕਸੀਮਮ ਰਿਵਾਰਡ ਪੁਆਇੰਟਸ 'ਤੇ ਹੈ ਉਹ ਵੀ ਕਾਫੀ ਰੀਜ਼ਨੇਬਲ ਹੈ। ਸੋ ਇਹ ਸੀ ਸਾਡੇ ਅੱਜ ਦੇ ਟੌਪ ਬੈਸਟ ਟਰੈਵਲ ਕ੍ਰੈਡਿਟ ਕਾਰਡਸ। ਜੇਕਰ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ, ਜਾਂ ਫਿਰ ਸਾਡੀ ਕਮਿਊਨਿਟੀ bkfit.co ਜੁਆਇਨ ਕਰਕੇ ਉੱਥੇ ਵੀ ਸਵਾਲ ਪੁੱਛ ਸਕਦੇ ਹੋ। ਉਸ ਕਮਿਊਨਿਟੀ 'ਤੇ ਸਾਡੇ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਐਕਸਪਰਟਸ ਨੇ ਜੋ ਤੁਹਾਡੇ ਸਾਰੇ ਡਾਊਟਸ ਕਲੀਅਰ ਕਰ ਦੇਣਗੇ। ਕਮਿਊਨਿਟੀ ਨੂੰ ਜੁਆਇਨ ਕਰਨ ਦਾ ਲਿੰਕ ਬਾਇਓ 'ਚ ਹੈ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਟਿਲ ਦੈਨ, bkfit।